जलसे तो जा रहे हैं बिना कट्ठे हो साडे पठान नूं फड़ लिया इन्होंने उमर भाई साढ़े नाल भाई साढ़े आए ना पाकिस्तान भाई तो जानते पूछ ये बाबू भैया गंदे बनाते हैं भाई ने सब तो पहले फॉलो करना है भाई साढ़े यूट्यूबर ने फुरकान भाई इंदर ने मेरी तरह सपोर्ट करो भाई ने अच्छिया मतलब क्लब वगैरह काट के आम चीज़ा बाहर बीच वगैरह ऐसी चीज़ा हो आज फुरकान भाई हम दस हम जा रहे हैं भाई मुराद हम तो सपोर्ट करने टाइम स्क्वायर पे उनके लिए दुआ खानी करने के लिए भाई आप क्या करने जा रहे हो नहीं मैं भी मुराद खान को सपोर्ट करने जा रहा हूं असि खोल के बोल सकने अगर भा बोलिया ना तो बर्दाश्त नहीं होनी इंशाल्लाह प्लान बना रहे हैं जाएंगे भावुक त्यार ਪਾਮੁਕ ਤਿਆਰ ਕੋਲ ਵੀ ਲੰਮ ਹਾਸਲ ਕਰਾਂ ਜੀ ਕਿ ਲਾਹੇ ਅਮਲੇ ਉਹ ਵੀ ਜਰਾ ਕਸ਼ਮੀਰੀ ਇਸ ਵਾਰ ਇੰਟਰਸਟ ਹੋਗਾ ਪਾਸੇ ਸੀ ਯਾਰ ਕੀ ਇਸ ਟਾਈਮ ਟਾਈਮ ਸਕੁਐਰ ਤੇ ਜਾ ਰਹੇ ਆ ਕਿਆ ਲੈ ਕੇ ਸਾਡੇ ਜਾਣ ਤੋਂ ਪਹਿਲਾਂ ਸਾਡਾ ਇੰਤਜ਼ਾਰ ਕਰ ਰਹੇ ਹੋਣੇ ਨੇ ਫੁੱਲ ਉਹਨਾਂ ਦੇ ਹੱਥ ਭਰੇ ਹੋਣੇ ਨੇ ਫੁੱਲ ਤਿਆਰੀ ਹੈ ਖਾਸ ਕਰ ਉਹਨਾਂ ਦਾ ਇੰਤਜ਼ਾਰ ਹੈ ਮੇਰਾ ਤੁਹਾਨੂੰ ਪਤਾ ਨਹੀਂ ਕਿਦਾਂ ਵੱਡਾ ਇਹਨਾਂ ਦੀ ਵੀਡੀਓ ਮੈਂ ਆਪਣੇ ਟਿਕਟਾਕ ਆਈਡੀ ਤੇ ਅਪਲੋਡ ਕੀਤੀ ਹੈ ਤੇ इस तरह ने होंगे मुंडे ने जो पाकिस्तान लैके बाद गुटखा के आ जाते ਜਿਆਲੇ ਵੀ ਨਹੀਂ ਹੁੰਦੇ ਪੀਟੀਆਂ ਵੀ ਨਹੀਂ ਹੁੰਦੇ ਉਂਝ ਹੀ ਜਾਂਦੇ ਨੇ ਕੋਠਾ ਅੰਦਰ ਘਰ ਆ ਜਾਂਦੇ ਨੇ ਅਜੇ ਭਾਈ ਸਾਨੂੰ ਤਕਰੀਬਨ ਕੋਈ 20 ਮਿੰਟ ਹੋਏ ਨੇ ਤੇ ਅਫਤਾਬ ਭਾਈ ਖਾਗੇ ਨੇ ਮੈਨੂੰ ਇੰਜ ਲੱਗ ਰਿਹਾ ਜਿਵੇਂ ਘੰਟਾ ਹੋ ਗਿਆ ਟ੍ਰੇਨ 'ਚ ਬੰਦਿਆਂ ਨੂੰ ਨਾ ਯਕੀਨ ਕਰੋ ਕੁੜੀਆਂ ਪਸੰਦ ਨਹੀਂ ਆ ਸਾਡੇ ਭਾਈ ਨੂੰ ਜੁੱਤੀ ਪਸੰਦ ਆਈ ਇੱਥੇ ਆ ਕੇ ਅਮਰੀਕਾ ਯਕੀਨ ਕਰੋ ਕੀ ਬਾਤ ਹੈ ਭਾਈ ਜੀ ਸਮੈਲ ਇਸ ਤਰ੍ਹਾਂ ਆ ਰਹੀ ਹੈ ਇੱਥੋਂ ਕਿ ਜਿਸ ਤਰ੍ਹਾਂ ਤੁਸੀਂ ਡਰਮਾ ਵਾਲਾ ਚੌਂਕ ਨਹੀਂ ਲੰਘਦੇ ਹੁੰਦੇ ਸਿਆਲਕੋਟ ਤੋਂ ਜੀ ਬੋਸ ਪਤਾ ਨਹੀਂ ਯਾਰ ਨਹੀਂ ਇਹ ਨਹੀਂ ਆ ਜਗ੍ਹਾ ਤੇ ਪਹਿਲੀ ਦਫਾ ਆ ਰਹੇ ਆ ਮੈਨੂੰ ਕਿਉਂ ਲੱਗ ਰਿਹਾ ਕਿ ਹਾਂ ਉਧਰ ਜਾਣਾ ਕਿਧਰ ਬੈਕ ਸਾਈਡ ਲੱਗ ਰਿਹਾ ਤੇ ਟਾਈਮ ਸਿਰ ਪਰਤ ਜਾਈਏ ਤੇ ਚੱਕ ਸਾਡੇ ਆਂਦਿਆਂ ਨੂੰ ਪਤਾ ਲੱਗ ਗਿਆ ਹੋਏਗਾ ਤੂੰ ਆਸਪਾ ਕਰਕੇ ਟੁਰ ਗਈ ਨਾ ਖਤਮ ਤੂੰ ਸਰ ਜੀ ਐਲਾਨ ਹੋ ਰਿਹਾ ਕਿਸੇ ਨੇ ਫਿਤਨੇ ਦੇ ਪੈਸੇ ਕਿਸੇ ਨੇ ਸਦਕਾ ਕਿਸੇ ਨੇ ਕੋਈ ਹਰਾਤ ਦੇ ਨਹੀਂ ਹੋਏ ਸਰ ਜੀ ਲੋ ਤੇਰਾ ਕੀ ਕੰਮ 4 ਸਾਲ ਅਮਰੀਕਾ ਆਇਆ ਮੈਂ ਤੁਹਾਨੂੰ ਕੀ ਆਖਿਆ ਕੀ ਮੈਂ ਦੇਖਿਆ ਨਹੀਂ ਮੈਂ ਤੈਨੂੰ ਤੁਰ ਪਿਆ ਮੈਂ ਆਪੀ ਬਣਾ ਕਰੀ ਜੀ ਅੱਛਾ ਫਤਾਬ ਭਾਈ ਤੁਸੀਂ ਆਪਣੇ ਦੋਸਤ ਦੀ ਟਾਈਮ ਸਕੁਅਰ ਤੇ ਫੋਟੋ ਦੇਖ ਕੇ ਕਿੰਨੇ ਕਿੱਲੇ ਵੇਚ ਕੇ ਇੱਥੇ ਆਏ ਪੂਰੇ 3 ਕਿੱਲੇ
ਬਾਈ ਤੁਸੀਂ ਫੋਟੋ ਵੇਖ ਕੇ ਕਿੰਨੇ ਵੇਚੇ ਜੱਟ ਨੇ ਪ੍ਰਵਾਹ ਨਹੀਂ ਕੀਤੀ 3 ਕਿੱਲੇ ਐਂਟ ਪਾਤੇ ਜੱਟ ਨੇ ਐ ਠੀਕ ਹੈ 3 ਕਿੱਲੇ ਪ੍ਰਵਾਹ ਨਹੀਂ ਕੀਤੀ ਐਸ ਲਾਲ ਪੌੜੀ ਆ ਤੁਸੀਂ ਭਾਈ ਮੈਂ ਭਾਈ ਕੁਝ 6 ਕਿੱਲੇ ਵੇਚੇ ਨੇ ਸਹੀ ਫੇਰ ਜਾ ਕੇ ਪੁੱਛਿਆ ਜਾ ਇੱਥੇ ਆ ਕੇ ਹੁਣ ਉਹਨੂੰ ਲੱਗਦਾ ਜਿਹੜੇ ਪਿੱਛੇ 6 ਰਹਿ ਗਏ ਨੇ ਉਹ ਵੀ ਵੇਚਣੇ ਪੈਣੇ ਅਸੀਂ ਵਿਹਲੇ ਰਹਿਣ ਕਿ ਜੇ ਆ ਕੰਮ ਕਰਨਾ ਪੈ बस भाई सुल्तान भाई लगता खुद नहीं पता लेकिन ठीक है हिम्मत नहीं आनी चाहिए कितने ना कि निकलेंगे ना मतलब बस आली मंजिल है 3 किले तो जी देख के तो नहीं लगता कि इतने कोई अजे तक आया साढ़े अलावा मतलब जलसे थे आवाम साढ़े काम तो बाहर ही है